ਹੈਲੋ एवरीवन 웰ਕਮ ਟੂ ਬ੍ਰਾਈਟ ਸਕਸੈਸ ਸਟੂਡੈਂਟਸ ਅੱਜ ਆਪਾਂ ਨਿਊ ਵੈਕੈਂਸੀਜ਼ ਦੀ ਗੱਲ ਕਰਨੀ ਹੈਗੀ ਜਿਹਦੇ ਵਿੱਚ ਅਸੀਂ ਮਲਟੀਟਾਸਕਿੰਗ ਨੋਨ ਟੈਕਨੀਕਲ ਸਟਾਫ ਦੀ ਗੱਲ ਕਰਨੀ ਹੈਗੀ ਐ ਐਂਡ ਹਵਲਦਾਰ ਠੀਕ ਹੈ ਜੀ ਤਾਂ 2000 ਐਗਜ਼ਾਮੀਨੇਸ਼ਨ 2022 ਤਾਂ ਇਹਦੇ ਵਿੱਚ ਉਹਨਾਂ ਨੇ ਮਤਲਬ ਮਸਟ ਮਲਟੀਟਾਸਕਿੰਗ ਦਾ ਜਿਹੜਾ ਨੋਨ ਟੈਕਨੀਕਲ ਸਟਾਫ ਹੈਗਾ ਤਾਂ ਉਹਦੇ ਵਿੱਚ ਜਿਹੜੀਆਂ ਡੇਟਸ ਦੇ ਰੱਖੇ ਨੇ ਆਨਲਾਈਨ ਸਬਮਿਸ਼ਨ ਦੀਆਂ ਤਾਂ 18 1 2023 ਤੋਂ ਜਿਹੜੀ ਡੇਟ ਹੈਗੀ ਉਹ ਸਟਾਰਟ ਹੈਗੀ ਆ ਠੀਕ ਹੈ ਜੀ ਸੋ ਅੱਜ ਹੋਗੀ ਮੇਬੀ ਵੀ ਸ਼ਾਇਦ ਐਂਡ ਜੋ ਹੈਗੀ ਆ ਲਾਸਟ ਡੇਟ ਉਹ ਹੈਗੀ ਆ 17 ਫਰਵਰੀ ਠੀਕ ਆ ਤਾਂ ਕੀ ਹੈਗਾ ਲਾਸਟ ਡੇਟ ਆਪਣੀ 17 ਫਰਵਰੀ ਹੋਗੀ ਐਂਡ ਜੋ ਫੀਸ ਹੈਗੀ ਆ ਉਹਦੀ ਲਾਸਟ ਡੇਟ ਹੈਗੀ ਅਪਲਾਈ ਕਰਨ ਦੀ 19 ਫਰਵਰੀ 2023 ਐਂਡ ਲਾਸਟ ਡੇਟ ਐਂਡ ਟਾਈਮ ਆਫ ਜਨਰੇਸ਼ਨ ਆਫ ਆਫਲਾਈਨ ਚੈਨਲ ਸੌਰੀ ਚਲਾਨ ਤਾਂ ਇਹਦੇ ਵਿੱਚ ਕੀ ਹੈਗਾ ਵੀ ਜਿਹੜਾ ਚਲਾਨ ਹੈਗਾ ਉਹ ਵੀ ਆਪਾਂ 19 ਤੱਕ ਭਰ ਸਕਦੇ ਆ ਠੀਕ ਆ ਐਂਡ ਵਿੰਡੋ ਆਫ ਐਪਲੀਕੇਸ਼ਨ ਫਾਰਮ ਕਰੈਕਸ਼ਨ ਦੀ ਜਿਹੜੀ ਡੇਟ ਹੈਗੀ ਉਹ ਵੀ ਉਹ ਆਪਾਂ ਨੂੰ ਦੇਣਗੇ ਐਂਡ ਸ਼ਡਿਊਲ ਆਫ ਕੰਪਿਊਟਰ ਬੇਸਡ ਐਗਜ਼ਾਮੀਨੇਸ਼ਨ ਹੋਊਗਾ ਜਿਹੜਾ April 2023 ਏਜ ਹੋਊਗਾ ਤਾਂ ਇਹਦੇ ਵਿੱਚ ਕੀ ਹੈਗਾ ਕਹਿੰਦੇ ਵੀ ਦ ਮਲਟੀਟਾਸਕਿੰਗ ਸਿਲੈਕਸ਼ਨ ਕਮਿਸ਼ਨ ਵਿਲ ਹੋਲਡ ਅ ਕੰਪੀਟੀਟਿਵ ਐਗਜ਼ਾਮੀਨੇਸ਼ਨ ਫॉर ਰਿਕਰੂਟਮੈਂਟ ਆਫ ਮਲਟੀਟਾਸਕਿੰਗ ਸਟਾਫ 1 ਠੀਕ ਆ ਤਾਂ ਵੈਕੈਂਸੀ ਕਿੰਨੀਆਂ ਹੈਗੀਆਂ ਨੇ ਵੈਕੈਂਸੀਜ਼ ਹੈਗੀਆਂ ਨੇ ਜਿਹੜੀਆਂ ਟੋਟਲ ਉਹ ਹੈਗੀਆਂ ਨੇ 10880 ਐਂਡ ਹਵਲਦਾਰ ਦੀਆਂ ਹੈਗੀਆਂ ਨੇ 529 ਠੀਕ ਆ ਇਨ ਸੀਬੀ ਆਈਸੀ ਐਂਡ ਸੀਵੀਐਨ ਦੇ ਵਿੱਚ ਜਿਹੜੀ ਹਵਲਦਾਰ ਦੀ ਭਰਤੀ ਹੋਣੀ ਹੈਗੀ ਆ ਐਂਡ ਰਿਜ਼ਰਵੇਸ਼ਨ ਹੈਗੀ ਹੈ ਜਿਹੜੀ ਉਹ ਐਸਸੀ ਐਸਟੀ ਦੇ ਲਈ ਉਹਨਾਂ ਨੇ ਦੇ ਰੱਖੀ ਹੈਗੀ ਆ ਤਾਂ ਇਹਦੇ ਵਿੱਚ ਕੀ ਹੈਗਾ ਨੇਮ ਆਫ ਦਾ ਪੋਸਟ ਮਲਟੀਟਾਸਕਿੰਗ ਨਾਨ ਟੈਕਨੀਕਲ ਸਟਾਫ ਤਾਂ ਇਹ ਜਿਹੜੀ ਮਤਲਬ ਕਿ ਰਿਕੁਆਇਰਮੈਂਟ ਮਤਲਬ ਅਲੱਗ-ਅਲੱਗ ਕੈਟਾਗਰੀ ਦੇ ਅਕੋਰਡਿੰਗ ਹੈਗੀ ਆ ਠੀਕ ਆ ਐਂਡ ਇਹ ਹਵਲਦਾਰ ਦੀ ਦੇ ਰੱਖੀ ਉਹਨਾਂ ਨੇ ਨੈਕਸਟ ਨੈਸ਼ਨੈਲਿਟੀ ਇੰਡੀਅਨ ਪੋਪਾਲ ਆਹ ਸੋਰੀ ਨੇਪਾਲ ਐਂਡ ਭੂਟਾਨ ਠੀਕ ਆ ਏਜ ਲਿਮਟ ਹੈਗੀ ਜਿਹੜੀ ਉਹ 1 1 2023 ਦੇ ਅਕੋਰਡਿੰਗ ਮਤਲਬ ਕਿ 18 ਤੋਂ 25 ਸਾਲ ਹੋਣੀ ਚਾਹੀਦੀ ਆ ਐਂਡ ਹਵਲਦਾਰ ਵਾਲੀ ਵੈਕੈਂਸੀਸ ਦੇ ਵਿੱਚ ਹੋਣੀ ਚਾਹੀਦੀ ਆ 18 ਤੋਂ 27 ਸਾਲ ਠੀਕ ਹੈ ਜੀ ਐਸਸੀ ਐਸਟੀ ਨੂੰ 5 ਸਾਲ ਦੀ ਰਿਲੈਕਸੇਸ਼ਨ ਹੈਗੀ ਓਬੀਸੀ ਨੂੰ 3 ਸਾਲ ਦੀ ਅਨ ਰਿਜ਼ਰਵਡ ਹੈਗੇ ਜਿਹੜੇ ਉਹਨਾਂ ਨੂੰ 10 ਸਾਲ ਦੀ ਹੈਗੀ ਓਬੀਸੀ ਨੂੰ ਹੈਗੀ ਹੈ 13 ਸਾਲ ਦੀ ਇਹ ਠੀਕ ਹੈ ਸੀਰੀਅਲ ਵਾਈਜ਼ ਉਹਨਾਂ ਨੇ ਦਿੱਤਾ ਹੋਇਆ ਹੈਗਾ ਸੋ ਆਨਲਾਈਨ ਤੁਸੀਂ ਇਸ ਨੂੰ ਅਪਲਾਈ ਕਰ ਸਕਦੇ ਹੋ ਤਾਂ ਇਹ ਜਿਹੜੇ ਸਰਟੀਫਿਕੇਟ ਦੀ ਵੈਰੀਫਿਕੇਸ਼ਨ ਵਗੈਰਾ ਹੋਊਗੀ ਠੀਕ ਹੈ ਜੀ ਵੇ ਆਪਾਂ ਉਹਨਾਂ ਨੇ ਸੈਂਸ਼ਨੇਲ ਕੁਆਲਿਫਿਕੇਸ਼ਨ ਵੀ ਉਹਨਾਂ ਨੇ میٹرਿਕ ਕਲੈਕਸ਼ਨ ਦੇ ਰੱਖੀ ਹੈ ਬਹੁਤ ਜਿਹੜੀ ਮਤਲਬ ਕਿ ਆਪਣੇ ਲਈ ਖੁਸ਼ੀ ਵਾਲੀ ਗੱਲ ਹੈਗੀ ਹੈ ਕਿ ਵਧੀਆ ਮੌਕਾ ਜਿਹੜਾ ਉਹ 2023 ਦੇ ਵਿੱਚ ਆਪਾਂ ਨੂੰ ਵੈਕੈਂਸੀਸ ਦਾ ਮਿਲਿਆ ਹੈਗਾ ਹਾਊ ਟੂ ਅਪਲਾਈ ਅਪਲਾਈ ਕਰਨ ਲਈ ਆਪਾਂ ਨੂੰ ਉਹਨਾਂ ਨੇ ਜਿਹੜੀ ਵਾਲੀ ਸਾਈਟ ਅਫੀਸ਼ੀਅਲ ਸਾਈਟ ਦੇ ਰੱਖੀ ਹੈ ਇੱਥੇ ਜਾ ਕੇ ਆਪਾਂ ਜਿਹੜੀ ਇਹਨੂੰ ਅਪਲਾਈ ਕਰ ਸਕਦੇ ਹੈਗੇ ਆ ਠੀਕ ਹੈ ਜੀ ਸੋ ਸਟੂਡੈਂਟਸ ਸਾਰੇ ਬੱਚਿਆਂ ਨੇ ਧਿਆਨ ਦੇ ਨਾਲ ਇਹਨਾਂ ਪੋਸਟਾਂ ਨੂੰ ਜ਼ਰੂਰ ਫਿਲ ਕਰਨਾ ਸੋ ਚੈਨਲ ਨੂੰ ਬਤਵਤ ਸ਼ੇਅਰ ਐਂਡ ਸਬਸਕ੍ਰਾਈਬ ਕਰ ਲਿਆ ਕਰੋ ਐਂਡ ਵੀਡੀਓ ਨੂੰ ਬਤਵਤ ਲਾਈਕ ਐਂਡ ਕਮੈਂਟ ਕਰ ਦਿਆ ਕਰੋ ਜੇਕਰ ਕੋਈ ਚੀਜ਼ ਸਮਝ ਨਹੀਂ ਆਉਂਦੀ ਕਮੈਂਟ ਕਰਕੇ ਪੁੱਛ ਲਿਆ ਕਰੋ ਐਂਡ ਵੀਡੀਓ ਕਿਵੇਂ ਦੀ ਲੱਗੀ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੱਸਿਓ ਥੈਂਕਸ ਫॉर ਵਾਚਿੰਗ